ਕੱਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਐਪ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਰੁੱਖ ਦੇ ਵਿੱਚੋਂ ਖੂਨ ਨਿਕਲ ਰਿਹਾ ਹੈ ਅਸਲ ਵਿੱਚ ਉਹ ਕੋਈ ਆਮ ਰੁੱਖ ਨਹੀਂ ਸਗੋ ਪਾਵਨ ਤੇ ਇਤਿਹਾਸਕ ਮੰਨੀ ਜਾਣ ਵਾਲੀ ਬੇਰੀ ਹੈ ਜੋ ਕਿ ਗੁਰਦੁਆਰਾ ਸ਼੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਵਿੱਚ ਸਥਿਤ ਹੈ ਜੋ ਕਿ ਗੁਰੂ ਨਾਨਕ ਦੇਵ ਸਾਹਿਬ ਦੇ ਜੀਵਨ ਦੇ ਨਾਲ ਸੰਬੰਧ ਰੱਖਦਾ ਆ ਰਿਹਾ ਹੈ ਪਿਛਲੇ ਦਿਨੀ ਇੱਕ ਵੀਡੀਓ ਆਈ ਜਿਸ ਵਿੱਚ ਸੱਚ ਵਿੱਚ ਹੀ 베ਰੀ ਸਾਹਿਬ ਦੇ ਵਿੱਚੋਂ ਖੂਨ ਨਿਕਲ ਰਿਹਾ ਹੈ ਤੇ ਇਹ ਜ਼ਮੀਨ ਦੇ ਉੱਤੇ ਡਿੱਗ ਰਿਹਾ ਸੀ ਦਰਸ਼ਨ ਕਰਨ ਆਈਆਂ ਸੰਗਤਾਂ ਦੇਖ ਕੇ ਬਹੁਤ ਹੈਰਾਨ ਹੋਈਆਂ ਤੇ ਉਹਨਾਂ ਨੇ ਇਸ ਦੀ ਵੀਡੀਓ ਬਣਾ ਲਈ ਲੋਕਾਂ ਨੂੰ ਯਕੀਨ ਕਰਵਾਉਣ ਦੇ ਲਈ ਹੱਥ ਲਗਾ ਕੇ ਦਿਖਾਇਆ ਗਿਆ ਤਾਂ ਸੱਚ ਵਿੱਚ ਹੀ ਖੂਨ ਨਿਕਲ ਰਿਹਾ ਸੀ ਜੋ ਕਿ ਸੰਗਤਾਂ ਦੇ ਹੱਥਾਂ ਨੂੰ ਲੱਗ ਰਿਹਾ ਸੀ ਬੜੇ ਹੀ ਅਚੰਬੇ ਦੀ ਗੱਲ ਸੀ ਕਿ ਕਿਵੇਂ ਇੱਕ ਦਰਖਤ ਜਾਂ ਫਿਰ ਰੁੱਖ ਦੇ ਵਿੱਚੋਂ ਖੂਨ ਨਿਕਲ ਸਕਦਾ ਹੈ ਸਾਰੀਆਂ ਸੰਗਤਾਂ ਜਿੱਥੇ ਹੈਰਾਨ ਹੋ ਰਹੀਆਂ ਸੀ ਉੱਥੇ ਹੀ ਡਰ ਵੀ ਰਹੀਆਂ ਸੀ ਕਿਉਂਕਿ ਸਾਡੇ ਸਮਾਜ ਦੇ ਵਿੱਚ ਪਹਿਲਾਂ ਤੋਂ ਹੀ ਖੂਨ ਨੂੰ ਗਲਤ ਸ਼ਗਨ ਮੰਨਿਆ ਜਾਂਦਾ ਹੈ ਕੁਝ ਕੁ ਸੰਗਤਾਂ ਵਿੱਚ ਇਹ ਵੀ ਕਹਿੰਦੀਆਂ ਸੁਣੀਆਂ ਗਈਆਂ ਕਿ ਸਾਨੂੰ ਇਸ ਦੇ ਉੱਤੇ ਸਰੋਪਾ ਬੰਨ੍ਹ ਦੇਣਾ ਚਾਹੀਦਾ ਹੈ ਜੋ ਕਿ ਪੱਟੀ ਜਾਂ ਡਰੈਸਿੰਗ ਦਾ ਰੂਪ ਬਣ ਕੇ ਇਸ 베ਰੀ ਦਾ ਖੂਨ ਰੋਕ ਦੇਵੇਗੀ ਅਤੇ ਇਸ ਦਾ ਦੁੱਖ ਵੀ ਦੂਰ ਹੋ ਜਾਵੇਗਾ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਐਪ ਤੇ ਵਾਇਰਲ ਹੋਈ ਤਾਂ ਲੋਕਾਂ ਨੇ ਆਪੋ ਆਪਣੀਆਂ ਮੱਤਾ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਸ ਨੂੰ ਫੁਲਾਉਣਾ ਸ਼ੁਰੂ ਕਰ ਦਿੱਤਾ ਲੋਕ ਸੋਸ਼ਲ ਮੀਡੀਆ ਤੇ ਇਹ ਕਹਿ ਰਹੇ ਸੀ ਕਿ ਇਹ ਖੂਨ ਨਿਕਲਣਾ ਕਿਸੇ ਅਣ ਹੋਣੀ ਕਿਸੇ ਵੱਡੀ ਘਟਨਾ ਦਾ ਪ੍ਰਤੀਕ ਹੈ ਤੇ ਕਈਆਂ ਦਾ ਇਹ ਮੰਨਣਾ ਸੀ ਕਿ ਹੁਣ ਬਹੁਤ ਬੁਰਾ ਸਮਾਂ ਆਉਣ ਵਾਲਾ ਹੈ ਤੇ ਕੁਦਰਤ ਆਪਣਾ ਪ੍ਰਮਾਣ ਇਸ 베ਰੀ ਦੇ ਰਾਹੀਂ ਦੇ ਰਹੀ ਹੈ ਤੇ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਹੁਣ ਕੋਈ ਬਹੁਤ ਹੀ ਭਿਆਨਕ ਪੁਚਾਲ ਜਾਂ ਬਿਮਾਰੀ ਆਵੇਗੀ ਲੋਕ ਇਸ ਸਮੇਂ ਡਰੇ ਹੋਏ ਨੇ ਇੱਕ ਤਾਂ ਲੋਕ ਪਹਿਲਾਂ ਤੋਂ ਹੀ ਇਸ ਬਿਮਾਰੀ ਦੀ ਮਾਰ ਤੋਂ ਨਿਕਲ ਨਹੀਂ ਰਹੇ ਤੇ ਉੱਪਰੋਂ ਨਮੀਆਂ ਨਮੀਆਂ ਵੀਡੀਓ ਹੋਰ ਵੀ ਭਹਿਮਾ ਵਿੱਚ ਪਾ ਦਿੰਦੀਆਂ ਹਨ ਅਸਲ ਵਿੱਚ 베ਰੀ ਸਾਹਿਬ ਦੇ ਵਿੱਚੋਂ ਖੂਨ ਤਾਂ ਨਿਕਲ ਰਿਹਾ ਸੀ ਇਹ ਗੱਲ ਸੱਚ ਹੈ ਪਰ ਉਹ ਤਰਲ ਪਦਾਰਥ ਖੂਨ ਵਰਗਾ ਲਾਲ ਸੀ ਨਾ ਕਿ ਅਸਲ ਦੇ ਵਿੱਚ ਖੂਨ ਦਿਖਾਇਆ ਇਸ ਤਰ੍ਹਾਂ ਗਿਆ ਕਿ ਜਿਵੇਂ ਜ਼ਖਮ ਦੇ ਵਿੱਚੋਂ ਖੂਨ ਨਿਕਲ ਰਿਹਾ ਹੋਵੇ ਪਰ ਅਜੀਹਾ ਕੁਝ ਵੀ ਨਹੀਂ ਸੀ ਗੁਰਦੁਆਰਾ 베ਰੀ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਜੀ ਦੇ ਨਾਲ ਗੱਲ ਹੋਈ ਉਹਨਾਂ ਨੇ ਸਾਫ਼-ਸਾਫ਼ ਇਹ ਕਹਿ ਦਿੱਤਾ ਕਿ 베ਰੀ ਸਾਹਿਬ ਦੇ ਵਿੱਚੋਂ ਇੱਕ ਲਾਲ ਰੰਗ ਦਾ ਪਦਾਰਥ ਨਿਕਲ ਰਿਹਾ ਸੀ ਤੇ ਇਸ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਅਜੀਹਾ ਤਰਲ ਪਦਾਰਥ ਪਹਿਲਾਂ ਵੀ ਹਰ ਵਾਰ ਇਸ ਮੌਸਮ ਦੇ ਵਿੱਚ ਨਿਕਲਦਾ ਹੈ ਜੋ ਕਿ ਦੇਖਣ ਦੇ ਵਿੱਚ ਹੂਬ-ਹੂ ਖੂਨ ਜਿਹਾ ਪ੍ਰਤੀਤ ਹੁੰਦਾ ਹੈ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਇਸ ਪੁਰਾਤਨ 베ਰੀ ਦੀ ਸਾਮਸਵਾਲ ਕਰਦੀ ਆ ਰਹੀ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ 500 ਸਾਲ ਤੋਂ ਵੀ ਪ੍ਰਾਤਨ ਇਤਿਹਾਸਿਕ 베ਰੀ ਹੈ ਜਿਸ ਦੀ ਸਾਮ ਸੰਭਾਲ ਬਖੂਬੀ ਕੀਤੀ ਜਾ ਰਹੀ ਹੈ ਅਤੇ ਖੂਨ ਵਰਗਾ ਦਸਣ ਵਾਲਾ ਤਰਲ ਪਦਾਰਥ ਰੁੱਖ ਦਾ ਹੀ ਇੱਕ ਰਿਐਕਸ਼ਨ ਦਾ ਹਿੱਸਾ ਹੈ ਕਿਉਂਕਿ ਇਹ ਕਾਫੀ ਸਾਲ ਪੁਰਾਣਾ ਰੁੱਖ ਹੈ ਅਜਿਹਾ ਤਰਲ ਪਦਾਰਥ ਹਰ ਸਾਲ ਕਈ ਰੁੱਖਾਂ ਦੇ ਵਿੱਚੋਂ ਨਿਕਲਦਾ ਹੈ ਅਤੇ ਇਹ ਕੋਈ ਖੂਨ ਨਹੀਂ ਹੈ ਤੇ ਨਾ ਹੀ ਕਿਸੇ ਮਾੜੀ ਘਟਨਾ ਦਾ ਪ੍ਰਦੀਕ ਹੈ ਮੈਨੇਜਰ ਜਰਨੈਲ ਸਿੰਘ ਜੀ ਨੇ ਕਿਹਾ ਕਿ ਅਜਿਹਾ ਹਰ ਬਾਰ ਹੁੰਦਾ ਆਇਆ ਹੈ ਅਤੇ ਇਸ ਦੀ ਸਾਮ ਵੀ ਹੁੰਦੀ ਆ ਰਹੀ ਹੈ ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਨਾਲ ਇਹ 베ਰੀ ਦਾ ਰੁੱਖ ਸੰਬੰਧ ਰੱਖਦਾ ਹੈ ਅਤੇ ਉਹਨਾਂ ਨੇ ਸਾਰਾ ਜੀਵਨ ਸਾਨੂੰ ਇਸੀ ਵਹਿਮ ਭਰਮ ਦੇ ਵਿੱਚੋਂ ਕੱਢਣ ਦੇ ਲਈ ਲਗਾ ਦਿੱਤਾ ਪਰ ਆਪਾਂ ਹਾਲੇ ਵੀ ਉੱਥੇ ਹੀ ਫਸੇ ਹਾਂ ਅੱਜ ਹਰ ਸਾਲ ਦੀ ਤਰ੍ਹਾਂ ਇਸ ਮੌਸਮ ਦੇ ਵਿੱਚ ਵੀ ਇਹ ਤਰਲ ਪਦਾਰਥ 베ਰੀ ਸਾਹਿਬ ਦੇ ਕਿਸੇ ਤਣੇ ਦੇ ਵਿੱਚੋਂ 12 ਵਜੇ ਤੋਂ ਬਾਅਦ ਨਿਕਲਿਆ ਤੇ ਦਰਸ਼ਨ ਕਰਨ ਆਈਆਂ ਸੰਗਤਾਂ ਨੇ ਇਸ ਦਾ ਵੀਡੀਓ ਬਣਾ ਲਿਆ ਤੇ ਸੋਸ਼ਲ ਮੀਡੀਆ ਆਪਣੀ ਆਦਤ ਦੇ ਅਨੁਸਾਰ ਇਸ ਨੂੰ ਤਰ੍ਹਾਂ ਤਰ੍ਹਾਂ ਦੇ ਵਹਿਮਾਂ ਭਰਮਾਂ ਦੇ ਨਾਲ ਜੋੜਨ ਲੱਗ ਪਿਆ ਜੋ ਕਿ ਸਰਾਸਰ ਗਲਤ ਹੈ ਅਜੇ ਕੋਈ ਵੀ ਦੁਰਘਟਨਾ, ਉਝਾਲ, ਬਿਮਾਰੀ ਮਾੜੇ ਸਮੇ ਦਾ ਪ੍ਰਤੀਕ ਨਹੀਂ ਹੈ 베ਰੀ ਸਾਹਿਬ ਦਾ ਇਹ ਤਰਲ ਪਦਾਰਥ ਇਤਿਹਾਸ ਦੱਸਦਾ ਹੈ ਕਿ ਗੁਰੂ ਨਾਨਕ ਸਾਹਿਬ ਜਦੋਂ ਆਪਣੀਆਂ ਉਦਾਸੀਆਂ ਤੇ ਜਾ ਰਹੇ ਸੀ ਤਾਂ 베ਰੀ ਦੀ ਇੱਕ ਦਾਤਣ ਕਰਕੇ ਉਹਨਾਂ ਨੇ ਇਸ ਨੂੰ ਜ਼ਮੀਨ ਦੇ ਵਿੱਚ ਗੜ ਦਿੱਤਾ ਜਿਸ ਤੋਂ ਇਹ 베ਰੀ ਚਲਦੀ ਆ ਰਹੀ ਹੈ ਤੇ ਅੱਜ ਵੀ ਹਰੀ ਭਰੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਸਾਰੀ ਉਮਰ ਬਹਿਮਾ ਪਰਮਾਚੋ ਨਿਕਲਣ ਦਾ ਉਪਦੇਸ਼ ਦਿੱਤਾ ਤੇ ਕੁਝ ਕੁ ਲੋਕ ਡਰ ਫਲਾਉਣ ਵਾਸਤੇ ਇਸ ਗੁਰਨਾਨਕ ਸਾਹਿਬ ਦੀ ਪਾਵਨ ਯਾਦ ਨੂੰ ਬਹਿਮਾ ਪਰਮਾ ਦੇ ਨਾਲ ਜੋੜ ਰਹੇ ਹਨ ਜੋ ਕਿ ਬਹੁਤ ਹੀ ਚਿੰਤਾਵਲੀ ਗੱਲ ਹੈ ਗੁਰੂ ਸਾਹਿਬ ਦਾ ਦਤਨ ਕਰਕੇ ਜ਼ਮੀਨ ਦੇ ਵਿੱਚ ਗੱਡਣਾ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੰਦੇਸ਼ ਅੱਜ ਤੱਕ ਕਿਸੇ ਨੂੰ ਦਿਖਾਈ ਨਹੀਂ ਦਿੱਤਾ ਤੇ ਨਾ ਹੀ ਕਿਸੇ ਨੇ ਫਲਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਰਿਸਦਾ ਹੋਇਆ ਖੂਨ ਕੁਝ ਘੰਟਿਆਂ ਦੇ ਵਿੱਚ ਹੀ ਅੱਗ ਵਾਂਗ ਦੁਨੀਆ ਦੇ ਵਿੱਚ ਫੈਲ ਗਿਆ ਅਤੇ ਇਸ ਤੇ ਲੋਕਾਂ ਨੇ ਅਮਲ ਵੀ ਕਰ ਲਿਆ ਹੁਣ ਆਪ ਹੀ ਸੋਚੋ ਕਿ ਮੱਤ ਕਿਹੜੇ ਪਾਸੇ ਜਾ ਰਹੀ ਹੈ ਅਜੇ ਹੀ ਕੁਝ ਕਸਾਲ ਪਹਿਲਾਂ ਪਾਕਿਸਤਾਨ ਨਨਕਾਣਾ ਸਾਹਿਬ ਵਿਖੇ ਸਥਿਤ ਝੰਡ ਦੇ ਰੁੱਖ ਦੇ ਵਿੱਚ ਵੀ ਹੋਇਆ ਸੀ ਜਿੱਥੇ ਝੰਡ ਦੇ ਰੁੱਖ ਦੇ ਨਾਲ ਬਨ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਸਾਕਾ ਨਨਕਾਣਾ ਸਾਹਿਬ ਵਰਤਿਆ ਸੀ 1984 ਦੀ ਗੱਲ ਹੈ ਜਦੋਂ ਇਹੀ ਮੌਸਮ ਦੇ ਵਿੱਚ ਗਰਮੀ ਪੈ ਰਹੀ ਸੀ ਤੇ ਦੁਪਹਿਰ ਸਮੇਂ ਝੰਡ ਦੇ ਰੁੱਖ ਦੇ ਵਿੱਚੋਂ ਇਸੇ ਤਰ੍ਹਾਂ ਖੂਨ ਨਿਕਲਿਆ ਮਤਲਬ ਕਿ ਇਹ ਖੂਨ ਵਰਗਾ ਦਿਸਣ ਵਾਲਾ ਤਰਲ ਪਦਾਰਥ ਨਿਕਲਿਆ ਉਸ ਸਮੇਂ ਵੀ ਇਸ ਨੂੰ ਮਾੜੇ ਸਮੇਂ ਦਾ ਪ੍ਰਤੀਕ ਮੰਨਿਆ ਗਿਆ ਤੇ ਹਰ ਮੰਦਰ ਸਾਹਿਬ ਤੇ ਹੋਏ ਅਟੈਕ ਅਤੇ ਸ਼ਹੀਦਾਂ ਦੇ ਖੂਨ ਦੇ ਨਾਲ ਜੋੜਿਆ ਗਿਆ ਇਹ ਨਾ ਕੋਈ ਖੂਨ ਹੁੰਦੇ ਹੋਏ ਸਿਰਫ ਕੁਦਰਤ ਦਾ ਹੀ ਇੱਕ ਰੂਪ ਹੈ ਹੋਰ ਕੁਝ ਵੀ ਨਹੀਂ ਅਕਸਰ ਪੁਰਾਣੇ ਬਜ਼ੁਰਗਾਂ ਨੂੰ ਇਹ ਪਤਾ ਹੋਵੇਗਾ ਕਿ ਪਿੰਡਾਂ ਦੇ ਵਿੱਚ ਰੁੱਖਾਂ ਦੇ ਵਿੱਚੋਂ ਇਹ ਤਰਲ ਪਦਾਰਥ ਜੋ ਕਿ ਖੂਨ ਵਰਗਾ ਲੱਗਦਾ ਹੈ ਉਹ ਰਸ ਦਾ ਰਹਿੰਦਾ ਸੀ ਉਦੋਂ ਤੱਕ ਕੋਈ ਮਾੜਾ ਸਮਾਂ ਨਹੀਂ ਆਇਆ ਤੇ ਨਾ ਹੀ ਅੱਜ ਤੱਕ ਦੁਨੀਆ ਖਤਮ ਹੋਈ ਸੋ ਇਹਨਾਂ ਵੀਡੀਓ ਨੂੰ ਦੇਖ ਕੇ ਡਰਨ ਦੀ ਲੋੜ ਨਹੀਂ ਹੈ ਆਪਣੇ ਘਰਾਂ ਦੇ ਵਿੱਚ ਬੈਠ ਕੇ ਪਰਮਾਤਮਾ ਦਾ ਸਿਮਰਨ ਕਰੋ